ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ, ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ੇ ਦੇ ਜੋ ਵੱਡੇ ਵੱਡੇ ਸਮਗਲਰ ਨੇ ਉਹਨਾਂ ਨੂੰ ਨੱਥ ਪਾਉਣ ਦੇ ਵਿੱਚ ਲੱਗੇ ਹੋਏ ਨੇ, ਉੱਥੇ ਹੀ ਹੁਣ ਔਰਤਾਂ ਦੇ ਵੱਲੋਂ ਵੀ ਮੋਰਚਾ ਖੋਲ੍ਹ ਦਿੱਤਾ ਗਿਆ। ਤਾਂ ਦੱਸ ਦਈਏ ਕਿ ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਨਸ਼ਿਆਂ ਦੇ ਖਿਲਾਫ ਹੁਣ ਔਰਤਾਂ ਵੀ ਡਟੀਆਂ ਨੇ, ਆਪਣੇ ਪਿੰਡ ਦੇ ਬਾਹਰ ਪਹਿਰਾ ਲਗਾ ਦਿੱਤਾ, ਸੜਕ ਨੂੰ ਜਾਮ ਕੀਤਾ ਗਿਆ ਤੇ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਔਰਤਾਂ ਦਾ ਕਹਿਣਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ 4 ਨੌਜਵਾਨਾਂ ਦੀ ਨਸ਼ਿਆਂ ਦੇ ਕਾਰਨ ਮੌਤ ਹੋ ਗਈ। ਆਲਮ ਇਹ ਹੈ ਪੂਰੇ ਪਿੰਡ ਦੇ ਵਿੱਚ ਕਿ ਹੁਣ ਔਰਤਾਂ ਇਕੱਲੀਆਂ ਘਰੋਂ ਬਾਹਰ ਵੀ ਨਹੀਂ ਜਾ ਸਕਦੀਆਂ। ਦੱਸ ਦਈਏ ਕਿ ਸ਼ਰੇਆਮ ਇਕੱਲੇ ਇਕੱਲੇ ਮੋੜ ਦੇ ਉੱਤੇ ਨਸ਼ਾ ਤਸਕਰ ਖੜ੍ਹੇ ਹੁੰਦੇ ਨੇ ਅਤੇ ਨਸ਼ੇ ਦੀ ਸਪਲਾਈ ਧੜੱਲੇ ਦੇ ਨਾਲ ਕੀਤੀ ਜਾ ਰਹੀ ਹੈ, ਜਿਸ ਤੋਂ ਦੁਖੀ ਹੋ ਕੇ ਔਰਤਾਂ ਨੇ ਹੁਣ ਆਪ ਹੀ ਇਹ ਮੋਰਚਾ ਸਾਂਭਿਆ ਅਤੇ ਪਿੰਡ ਦੇ ਬਾਹਰ ਡੰਡੇ ਲੈ ਕੇ ਬੈਠ ਗਈਆਂ ਨੇ। ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਸ਼ੱਕੀ ਲੱਗਦਾ ਹੈ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉੱਥੇ ਪੁਲਿਸ ਦੇ ਮੁਲਾਜ਼ਮਾਂ ਦਾ ਦਾਅਵਾ ਹੈ ਕਿ ਲਗਾਤਾਰ ਨਸ਼ੇ ਦੇ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਕਿੰਨੇ ਹੀ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਿਆ ਗਿਆ। ਤਾਂ ਦੱਸ ਦਈਏ ਕਿ ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਹੁਣ ਨਸ਼ਿਆਂ ਦੇ ਖਿਲਾਫ ਔਰਤਾਂ ਡਟੀਆਂ ਨੇ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਪਿੰਡ ਦੀ ਐਂਟਰੀ ਦੇ ਉੱਤੇ ਜੋ ਔਰਤਾਂ ਦੇ ਵੱਲੋਂ ਇਹ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਥਾਂ ਥਾਂ ਦੇ ਉੱਤੇ ਔਰਤਾਂ ਦੇ ਵੱਲੋਂ ਹੀ ਪਿੰਡ 'ਚ ਨਾਕੇ ਲਗਾਏ ਗਏ ਨੇ ਅਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਔਰਤਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਨਸ਼ਾ ਇਸ ਕਦਰ ਸਪਲਾਈ ਹੋ ਰਿਹਾ ਕਿ ਲਗਾਤਾਰ ਪਿੰਡ ਦੇ ਵਿੱਚ ਚੋਰੀਆਂ ਵੀ ਹੋ ਰਹੀਆਂ ਨੇ। ਨੌਜਵਾਨ ਨਸ਼ੇ ਦੀ ਜਕੜ ਦੇ ਵਿੱਚ ਜਕੜਦੇ ਜਾ ਰਹੇ ਨੇ ਅਤੇ ਕਿੰਨੇ ਹੀ ਮਾਵਾਂ ਦੀ ਕੁੱਖ ਹੁਣ ਤੱਕ ਸੁੰਨੀ ਹੋ ਚੁੱਕੀ ਹੈ, ਜਿਸ ਨੂੰ ਬਚਾਉਣ ਦੇ ਲਈ ਹੁਣ ਔਰਤਾਂ ਹੀ ਅੱਗੇ ਆਈਆਂ ਨੇ। ਚਿੱਟਾ ਵਿਕਦਾ ਇੱਥੇ, ਟੀਕੇ ਵਿਕਦੇ ਨੇ ਤੇ ਸਿਗਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ, ਨਿੱਕੇ ਨਿੱਕੇ ਜਵਾਕ ਵੀ ਵੇਚਦੇ ਨੇ। ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ। ਕੀ ਦਿੱਕਤ ਆ ਰਹੀ ਹੈ ਤੁਹਾਨੂੰ? ਦਿੱਕਤਾਂ ਸਾਡੇ ਜਦੋਂ ਪੁਲਿਸ ਆ ਜਾਂਦੀ ਇੱਥੇ ਘਰਾਂ 'ਚ ਵੜਦੇ ਨੇਗੇ। ਠੀਕ ਹੈ। ਹਾਂਜੀ, ਕੋਈ ਕਿਸੇ ਦੇ ਕੋਈ LCD ਮੂਹਰੇ ਹੋ ਗਈ LCD ਲਾ ਲੈਂਦੇ ਨੇ, ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ, ਸਭ ਐਂ ਕਰਦੇ ਨੇ। ਚਿੱਟੇ ਬੱਲੇ ਪੀਂਦੇ ਨੇ ਜਿਹੜੇ, ਨਸ਼ੇ ਟੀਕੇ ਕਲਾਉਂਦੇ ਨੇ ਸਾਰੇ। ਅੱਜ ਅਸੀਂ 4 ਜਣੇ ਫੜਾਏ ਨੇ, 2 ਦੇ ਟੀਕੇ ਲੱਗੇ ਹੋਏ ਸੀ ਉਹ ਫੜਾਏ ਨੇ। ਔਰਤਾਂ ਨੂੰ ਕਿਉਂ ਬੈਠਣਾ ਪਿਆ ਇਧਰ ਆ ਕੇ? ਇੱਥੇ ਉੱਤਾ ਕੋਈ ਨਹੀਂ ਚੱਕਦੇ, ਨਾ ਤਾਂ ਕੋਈ ਪੁਲਿਸ ਸੁਣਦੀ ਹੈ ਸਾਡੀ, ਨਾ ਕੋਈ ਬੰਦੇ ਸੁਣਦੇ ਨੇ ਗੇ ਵੀ ਬੰਦਿਆਂ ਦੇ ਕਿਸੇ ਤੋਂ ਕਿਹੜਾ ਹਟਦੇ ਨੇ। ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾ ਚੱਕਿਆ ਗਾ, ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐਂ ਕਹਿ ਦੇਣਗੇ, ਕਿੰਨੇ ਕੁ ਦਿਨ ਧਰਨਾ ਲਾ ਲੈਣਗੀਆਂ, ਕੀ ਕਰ ਲੈਣਗੀਆਂ ਸਾਡਾ, ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ। ਠੀਕ ਹੈ। ਹਾਂਜੀ, ਤਾਂ ਪੁਲਿਸ ਕਾਰਵਾਈ ਨਹੀਂ ਕਰਦੀ? ਪੁਲਿਸ ਇੱਥੋਂ ਬਿਠਾ ਲੈਂਦੇ ਨੇ, ਆਹ ਗੇਟ ਤੋਂ ਪਰਲੇ ਗੇਟ 'ਤੇ ਲਾ ਦਿੰਦੇ ਨੇ, ਕੁਛ ਨਹੀਂ ਕਰਦੇ। ਪਤਾ ਨਹੀਂ ਪੈਸੇ ਲੈਂਦੇ ਨੇ, ਪੈਸੇ ਤਾਂ ਅਸੀਂ ਕਹਿੰਦੇ ਨੇ ਵੀ ਅਸੀਂ ਪੈਸੇ ਦੇ ਕੇ ਉਹਦੀ ਛੱਡ ਦਾਂਗੇ, ਸਾਡਾ ਕੀ ਕਰਾਉਂਦੇ ਨੇ। ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ? ਹਾਂ, ਬੱਚਿਆਂ ਨੂੰ ਵੀ ਆ ਰਹੀ ਹੈ ਜੀ। ਛੋਟੇ ਛੋਟੇ ਪੜ੍ਹਨ ਵਾਲੇ ਜਵਾਕਾਂ ਨੂੰ ਕੈਪਸੂਲ ਫੜਾ ਦਿੰਦੇ ਨੇ ਵੀ ਫੜਾ ਜਾਓ ਪੱਤਾ, ਕਿਉਂ ਜਵਾਕਾਂ 'ਤੇ ਕੋਈ ਸ਼ੱਕ ਨਹੀਂ, ਪੜ੍ਹਨੋਂ ਹਟਾ ਰੱਖੇ ਨੇ, ਇਸ ਲਾਲਚ ਨੇ ਜਵਾਕ। ਹਾਂਜੀ, ਸਾਡੀਆਂ ਕੋਈ ਕੁੜੀਆਂ ਨਹੀਂ ਆਹ ਗਲੀ 'ਚ ਲੰਘਦੀਆਂ ਜਿੱਥੇ ਅਸੀਂ ਬੈਠੇ ਹਾਂ ਹੁਣ, ਕੋਈ ਬਹੂ ਨਹੀਂ ਆਉਂਦੀ ਇੱਧਰ, ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ, ਕੋਈ ਆ ਦੁਕਾਨਾਂ ਨੇ ਇੱਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ, ਕੋਈ ਨਾ ਬਹੂ ਆਵੇ ਨਾ ਕੁੜੀ ਆਵੇ, ਅਸੀਂ ਵੀ ਲੰਘਦੇ ਹਾਂ ਜਦੋਂ ਪੂਰਾ ਇੱਥੇ ਨਸ਼ੇ ਵਾਲੇ ਪੂਰੇ ਖੜ੍ਹੇ ਹੁੰਦੇ ਨੇ। ਘਰਾਂ 'ਚ ਚੋਰੀਆਂ ਵੀ ਹੁੰਦੀਆਂ? ਹਾਂਜੀ, ਹੁੰਦੀਆਂ ਨੇ, ਸਾਰਾ ਕੁਛ ਹੀ ਹੁੰਦਾ। ਕਿਸੇ ਦੇ ਕੋਈ ਚੀਜ਼ ਚੱਕ ਲਈ, ਕਿਸੇ ਦੇ ਕੋਈ ਚੀਜ਼ ਚੱਕ ਲਈ, ਆਹ ਬਾਹਰੇ ਮੋਟਰਾਂ ਲੱਗੀਆਂ ਹੁੰਦੀਆਂ ਨੇ, ਇਹਨਾਂ ਦੇ ਵੀ ਪਾਈਪ ਤੋੜ ਜਾਂਦੇ ਨੇ। ਕਦੇ ਕਹਿੰਦਾ ਉੱਥੇ ਸਾਡੇ ਟੂਪ ਲੱਗੀ ਹੋਈ ਸੀ ਉਹ ਵੀ ਭੰਨੀ ਹੈ, ਟੂਪਾਂ ਭੰਨਦੇ ਨੇ ਵੀ ਚਾਨਣ 'ਚ ਸਾਡਾ ਪਤਾ ਲੱਗਦਾ। ਕੋਈ ਬਾਹਰੋਂ ਆਉਂਦੇ ਨੇ ਜਾਂ ਇੱਥੋਂ ਦੇ ਲੋਕ? ਸਾਰੇ ਆਉਂਦੇ ਨੇ ਜੀ, ਹੁਣ ਅਸੀਂ ਕਿਹੜਾ ਜਾਣਦੇ ਆ ਵੀ ਬਾਹਰਲੇ ਨੇ ਘਰ ਆਉਂਦੇ ਨੇ, ਅਸੀਂ ਪਿੰਡ 'ਚ ਤਾਂ ਸਾਰੇ ਨੂੰ ਜਾਣਦੇ ਨਹੀਂ ਹੈਗੇ, ਪਰ ਸਾਡੇ ਗਲੀ ਤੋਂ ਵੀ ਨਾ ਵੀ ਬਹੁਤ ਜ਼ਿਆਦਾ ਜਿਨ੍ਹਾਂ ਦੀ ਅਸੀਂ ਸ਼ਕਲ ਜਾਣਦੇ ਵੀ ਨਹੀਂ ਉਹ ਵੀ ਆਉਂਦੇ ਨੇ ਇੱਥੇ।
ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਨਹੀਂ ਕਦੇ। ਤੁਸੀਂ ਕਿਵੇਂ ਦੇਖਦੇ ਹੋਗੇ ਕਿ ਕਿਵੇਂ ਵੀ ਆਉਂਦੇ ਨੇ, ਜਿਵੇਂ ਸਰਕਾਰ ਤੋਂ ਤੁਸੀਂ ਜਿਵੇਂ ਵੋਟਾਂ ਪਾਈਆਂ, ਸਰਕਾਰ ਕਹਿੰਦੀ ਸੀਗੀ ਕਿ ਨਸ਼ਾ, ਜਿਨ੍ਹਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਨੇ ਵੀ ਕੁਛ ਨਹੀਂ ਕਰਿਆ ਸਾਡਾ, ਕਦੇ ਕਿਸੇ ਨੇ ਵੀ ਕਿਸੇ ਨੇ ਇੱਥੇ ਕਿਸੇ ਨੇ ਆ ਕੇ ਨਹੀਂ ਦੇਖਿਆ ਇੱਥੇ ਵੀ ਕੀ ਕੁਛ ਹੋ ਰਿਹਾ। ਕੋਈ ਨਾ ਕੋਈ ਬੰਦਾ ਕੋਈ ਨਹੀਂ ਦੇਖਦਾ ਇੱਥੇ, ਵੀ ਨਾ ਪੁਲਿਸ ਦੇਖਦੀ ਆ, ਜਦੋਂ ਕੋਈ ਫੋਨ ਕਰਦਾ ਪੁਲਿਸ ਉਦੋਂ ਆਉਂਦੀ ਆ, ਨਹੀਂ ਸਾਹਮਣੇ ਵੇਚਦੇ ਨੇ ਸਭ ਦੇ, ਹਾਂ ਪੁਲਿਸ ਵੀ ਨਹੀਂ ਚੱਕਦੀ। ਸਾਡੇ ਵੀ ਜੇ ਮੇਰਾ ਵੀ ਇੱਕ ਬੇਟਾ ਗਾ, ਸਾਨੂੰ ਵੀ ਡਰ ਆ, ਜਦੋਂ ਬਹਿੰਦੇ ਨੇ ਅਸਲ ਨੂੰ ਬਦਨਾਮ ਤਾਂ ਹੁੰਦੇ ਨੇ ਗੇ ਜਦੋਂ ਵਿੱਚ ਬੈਠਣਗੇ। ਤੇ ਬਾਕੀ ਜਦੋਂ ਪੁਲਿਸ ਵਾਲਿਆਂ ਦਾ ਵੀ ਇਹੀ ਕੰਮ ਆ, ਪਹਿਲਾਂ ਗੱਡੀ ਆਊਗੀ ਘੂੰ ਘੂੰ ਕਰ ਦਿੰਦੇ ਨੇ, ਪਹਿਲੇ ਉਹ ਉੱਡ ਜਾਂਦੇ ਨੇ, ਚੱਲ ਉਹਨਾਂ ਨਾਲ ਵੀ ਨਾਲ ਰਲੀ ਮਿਲੀ ਹੋਈ ਆ ਸਾਰੀ। ਅਸੀਂ ਮੰਗ ਕਰਦੇ ਹਾਂ ਵੀ ਸਾਡੇ ਨਸ਼ਾ ਵਿਕਣੋਂ ਹਟ ਜੇ ਜੀ, ਸਾਡੇ ਇੱਧਰੋਂ ਗਲੀਆਂ 'ਚ ਲੰਘਣੋਂ ਹਟ ਜਾਣ, ਸਾਡੇ ਆਹ ਦਰੇ 'ਤੇ ਕੋਈ ਨਸ਼ਾ ਨਾ ਵਿਕੇ, ਜਾਂ ਸਾਥੋਂ ਲਿਖ ਕੇ ਲੈ ਲੈਣਾ। ਜਿਹੜੇ ਟੀਕੇ ਲਾ ਕੇ ਘਰਾਂ 'ਚ ਵੜਦੇ ਨੇ, ਕੋਈ ਮਰ ਗਿਆ ਜ਼ਿੰਮੇਵਾਰ, ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣ, ਜਿਹੜੇ ਵਿਕਾਉਂ ਖਵਾਉਂਦੇ ਨੇ ਜਵਾਕਾਂ ਨੂੰ ਟੀਕੇ ਲਾਉਣ ਨੂੰ ਦਿੰਦੇ ਨੇ। ਤੁਹਾਨੂੰ ਜੇ ਇੱਥੇ ਦਿਖਾਵਾਂ ਸਰਿੰਜਾਂ ਦੇ ਢੇਰ ਲੱਗੇ ਪਏ ਨੇ, ਉਹਨਾਂ ਦੀ ਵੀ ਵੀਡੀਓ ਬਣਾ ਲਓ ਚਾਹੀ, ਹਾਂ ਦੇਖ ਆਓ ਸਾਰੇ ਸਬੂਤ ਨੇ, ਐਂ ਵੀ ਨਹੀਂ ਵੀ ਕੋਈ ਸਬੂਤ ਨਹੀਂ ਹੈਗਾ, ਸਬੂਤ ਦਿਖਾ ਦਿੰਦੇ ਹਾਂ। ਹਾਂਜੀ ਹਾਂ ਹਾਂ ਵੀਰ ਜੀ, ਸਾਨੂੰ ਜਦੋਂ ਹੁਣ ਸਾਡੇ ਨਾਲ ਜੁੜਿਓ ਤੁਹਾਡੇ ਧੀ ਆ ਸਕੀ ਜੀ, ਸਾਡਾ ਇੱਥੋਂ ਨਸ਼ਾ ਬੰਦ ਕਰੋ, ਸਾਡੇ ਤਾਂ ਹੱਥ ਬੰਨ ਕੇ ਬੇਨਤੀ ਹੈਗੀ ਵੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੜ੍ਹਨੋਂ ਹਟਾ ਰੱਖੇ ਨੇ, ਵੀ ਇਹਨਾਂ ਪੜ੍ਹਾਈ ਵੱਲ ਧਿਆਨ ਦੇਣ, ਵੀ ਇਹ ਨਸ਼ਿਆਂ ਕੰਨੀ ਧਿਆਨ ਨਾ ਦੇਣ। ਜਿਹੜੇ ਟੀਕੇ ਲਾਉਂਦੇ ਨੇ, ਕਈ ਤਾਂ ਮੁੰਡੇ ਮਰ ਗਏ, ਸਾਡੇ ਪਿੰਡ 'ਚ ਖਬਰਾਂ ਵੀ ਲੱਗੀਆਂ ਹੀ ਹੋਣਗੀਆਂ, ਉਹ ਸਿਰਫ ਟੀਕਿਆਂ ਨਾਲ ਹੀ ਮਰੇ ਨੇ, ਵੀ ਜਿਹੜੇ ਟੀਕੇ ਵੇਚਦੇ ਨੇ। ਹਾਂਜੀ ਕਿੰਨੇ ਮੁੰਡਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ? ਇੱਕ ਮਹੀਨੇ 'ਚ ਜੀ 4 ਮੁੰਡਿਆਂ ਦੀਆਂ ਮੌਤਾਂ ਹੋ ਗਈਆਂ ਸਾਡੇ ਇੱਧਰ ਪਿੰਡ 'ਚ ਕਾਲੇ ਟੋਏ 'ਤੇ, 4 ਮੁੰਡੇ ਮੁੱਕ ਗਏ, ਟੀਕਾ ਲਾ ਕੇ ਪੈ ਗਏ, ਉਹਨਾਂ ਨੂੰ ਦੁਬਾਰਾ ਉੱਠਣ ਦਾ ਹੁਕਮ ਹੀ ਨਹੀਂ ਹੋਇਆ। ਫਿਰ ਅੱਜ ਵੀ ਇੱਥੇ ਕਿਸੇ ਨੇ ਦੇਖਿਆ ਗਾ 3 ਜਣਿਆਂ ਦੇ ਟੀਕੇ, ਇੱਕ ਦੂਜਾ ਮੁੰਡਾ ਲਾਉਂਦਾ ਸੀਗਾ 3 ਜਣਿਆਂ ਦੇ, ਕਿਉਂ ਅਸੀਂ ਉਹ ਬੇਪੜਦ ਹੁੰਦੇ ਨੇ, ਅਸੀਂ ਬੁੜੀਆਂ ਤਾਂ ਦੇਖ ਵੀ ਨਹੀਂ ਸਕਦੀਆਂ। ਇੱਕ ਸਾਡੇ 'ਚੋਂ ਬੁੜੀ ਗਈ ਸੀ, ਉਹ ਵੀ ਐਂ ਪੱਲਾ ਕਰਕੇ ਲੰਘੀ ਆ, ਉੱਥੋਂ ਵੀ ਨੰਗੇ ਨੇ ਜਮ੍ਹਾਂ, ਦੇਖ ਵੀ ਨਹੀਂ ਸਕਦੀਆਂ ਸੀ, ਟੀਕੇ ਲਾਉਂਦੀਆਂ ਨੇ ਇੱਥੇ ਦਰੇ 'ਤੇ ਟੀਕੇ ਲਾਉਂਦੇ ਨੇ, ਜੇ ਉਹਦੀ ਵੀ ਵੀਡੀਓ ਬਣਾ ਸਕਣੀ ਆ ਬਣਾ ਵੀ ਸਕਦੇ ਹੋਊਗੀ ਜਿੱਥੇ ਲੱਗਦੇ ਨੇ। ਸਾਨੂੰ ਬੈਠਣਾ ਪੈਂਦਾ ਧਰਨੇ ਬਾਰੇ, ਨਸ਼ੇ ਬਾਰੇ, ਸਾਨੂੰ ਦਿੱਕਤ ਆ ਰਹੀ ਹੈ ਕਿ ਚੋਰੀਆਂ ਕਰਦੇ ਨੇ, ਜਦੋਂ ਪੁਲਿਸ ਆ ਜਾਂਦੇ ਕੋਠਿਆਂ 'ਤੇ ਚੜ੍ਹ ਜਾਂਦੇ ਨੇ, ਸਾਡੇ ਕੁੜੀਆਂ ਮਟਿਆਰਾਂ ਨੇ ਕੋਠੇ 'ਤੇ ਚੜ੍ਹ ਕੇ ਬਾਹਰ ਖੋਲਦੇ ਨੇ ਗੇ, ਫਿਰ ਕਿਸੇ ਇਸ ਕਾਨੂੰਨੀ ਕਾਰਵਾਈ ਦਾ ਹੱਲ ਬਣਨਾ ਚਾਹੀਦਾ। ਕਿੰਨੇ ਕੁ ਲੋਕ ਨੇ, ਕੌਣ ਨਸ਼ਾ ਵੇਚ ਰਿਹਾ? ਨਸ਼ੇ ਵਾਲੇ ਵਾਧੂ ਨੇ, ਪੁਲਿਸ ਕਾਰਵਾਈ ਨਹੀਂ ਕਰਦੀ? ਨਾ ਜੀ ਨਾ, ਕੁਛ ਨਹੀਂ ਕਾਰਵਾਈ। ਹੁਣ ਤੁਹਾਨੂੰ ਕਿਉਂ ਬੈਠਣਾ ਪੈ ਗਿਆ? ਸਾਨੂੰ ਬੈਠਣਾ ਪੈ ਗਿਆ, ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ, ਉੱਤਾਂ ਨਹੀਂ ਚੱਕਦੇ ਹੈਗੇ, ਵਿੱਚ ਵੇਚਦੇ ਨੇ ਉਹ। ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ? ਅੱਜ ਅਸੀਂ 4 ਲੋਕਾਂ ਨੂੰ ਫੜਾਇਆ। ਠੀਕ ਹੈ, ਅਸੀਂ ਨੇ ਭੱਜ ਕੇ ਫੜਾਇਆ ਜੀ, ਫੋਨ ਕਰਿਆ ਪੁਲਿਸ ਵਾਲਿਆਂ ਨੇ। ਤੁਸੀਂ ਮੰਗ ਕੀ ਕਰਦੇ ਹੋ? ਮੰਗ ਤਾਂ ਬਸ ਨਸ਼ਾ ਬੰਦ ਹੋਣਾ ਚਾਹੀਦਾ ਜੀ, ਸਾਡੀ ਮੰਗ ਇਹ ਆ ਕਿ ਜੇ ਨਸ਼ੇ ਵਾਲੇ ਨਹੀਂ, ਸਾਡੇ ਜੇ ਸਾਡੇ ਘਰ ਚੋਰੀ ਹੋ ਗਈ ਜਾਂ ਕੁੜੀ ਭੱਜ ਭੁੱਜ ਗਈ, ਉਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਜੀ, ਇੱਥੇ ਇੱਕ ਗਲੀ ਹੈ ਬੱਸ ਸਟੈਂਡ ਦੇ ਨੇੜੇ, ਉੱਥੇ ਕੁਛ ਲੇਬਰ ਕਲਾਸ ਪਰਿਵਾਰ ਨੇ ਜਿਹੜੇ ਉੱਥੇ ਰਹਿ ਰਹੇ ਨੇ, ਉਹ ਸਾਡੇ ਧਿਆਨ 'ਚ ਆਇਆ ਸੀ ਕਿ ਉੱਥੇ ਜਿਹੜੇ ਸਿਗਨੇਚਰ ਕੈਪਸੂਲ ਨੇ ਵੀ ਉਹ ਕੁਛ ਬੰਦੇ ਜਿਹੜੇ ਹੈਗੇ ਨੇ ਉਹ ਲੈ ਕੇ ਆਉਂਦੇ ਨੇ, ਨਾਲੇ ਉਹ ਖਾਂਦੇ ਨੇ, ਨਾਲੇ ਅੱਗੇ ਉਹ ਦੇ ਦਿੰਦੇ ਨੇ। ਮਾਨਯੋਗ SSP ਸਾਹਿਬ ਵੱਲੋਂ ਬਿਲਕੁਲ ਕਲੀਅਰ ਕੱਟ ਸਾਨੂੰ ਹਦਾਇਤਾਂ ਨੇ ਕਿ ਕੋਈ ਵੀ ਬੰਦਾ ਨਸ਼ੇ ਕਰਨ ਵਾਲਾ ਹੈਗਾ ਜੋ, ਉਹਨੂੰ ਦਵਾਈ ਦਵਾਈ ਜਾਵੇ, ਜੇ ਕੋਈ ਵੇਚਣ ਵਾਲਾ ਹੈਗਾ ਉਹਨੂੰ ਤਾਂ ਸਖਤੀ ਨਾਲ ਕਾਰਵਾਈ ਕੀਤੀ ਜਾਵੇ।
ਮਾਨਯੋਗ ਡੀ ਸੀ ਸਾਹਿਬ ਨੇ ਸਿਗਨੇਚਰ ਵਾਲੇ ਕੈਪਸੂਲ ਉਹ ਈਜ਼ੀ ਅਵੇਲੇਬਲ ਹੋ ਜਾਂਦੇ ਨੇ, ਉਹਨਾਂ ਦੇ ਅਕੋਰਡਿੰਗ ਇੱਕ ਆਰਡਰ ਪਾਸ ਕੀਤਾ ਹੋਇਆ ਕਿ ਜੇ ਉਹ ਕਿਸੇ ਬੰਦੇ ਤੋਂ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਜੇ ਤਾਂ ਕੋਈ ਮਰੀਜ਼ ਆ ਉਹ ਡਾਕਟਰ ਨੇ ਲਿਖ ਕੇ ਦਿੱਤਾ, ਉਹ ਤੋਂ ਇਲਾਵਾ ਅਸੀਂ ਉਸ ਲੈਵਲ ਦੀ ਜਿਹੜੀ ਹੈਗੀ ਆ ਅਸੀਂ ਕਾਫੀ ਪਰਚੇ ਵੀ ਦਰਜ ਕੀਤੇ ਨੇ। ਉਸ ਗਲੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ, ਇੱਕ ਸ਼ਿਕਾਇਤ ਆਈ ਸੀ ਕਿ ਇਸ ਤਰ੍ਹਾਂ ਦੇ ਕੁਝ ਬੰਦੇ ਹੈਗੇ ਨੇ, ਅਸੀਂ ਰੇਡ ਕਰਕੇ ਉੱਥੋਂ ਲਿਆ ਕੇ ਅਸੀਂ ਕੱਲ੍ਹ 5-6 ਵਿਅਕਤੀਆਂ ਦੇ ਉੱਤੇ ਜਿਹੜਾ ਹੈਗਾ FIR ਵੀ ਦਰਜ ਕਰੀ ਹੈ, ਉਹਦੇ ਕਲੰਦਰੇ ਵੀ ਦਿੱਤੇ ਨੇ ਔਰ ਅਸੀਂ ਪੂਰੀ ਸਖਤੀ ਕੀਤੀ ਹੋਈ ਹੈ। ਕਾਫੀ ਦਿਨਾਂ ਦੇ ਉੱਤੋਂ ਲੰਘਦੇ ਵੜਦੇ ਅਸੀਂ, ਪੁਲਿਸ ਪਾਰਟੀ ਵੀ ਜਾਂਦੀ ਹੈ, ਮੈਂ ਖੁਦ ਵੀ ਜਾਂਦਾ। ਤਾਂ ਇਹ ਮੇਰੇ ਧਿਆਨ 'ਚ ਆਇਆ ਕਿ ਇਹ ਜਿਹੜੇ ਹੁਣ ਉੱਥੇ ਕੁਛ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਵਿੱਚੋਂ ਹੀ ਉਹਨਾਂ ਦੇ ਹੀ ਉਹ ਕੁਛ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਉੱਤੇ ਕੱਲ੍ਹ ਪਰਚਾ ਦਰਜ ਹੋਇਆ, ਉਹ ਹੁਣ ਅੱਜ ਕੁਛ ਹੋਰ ਲੇਡੀਜ਼ ਆ ਕੇ ਨਾਲ ਉੱਥੇ ਬੈਠ ਗਈਆਂ। ਇਹ 5-7 ਕੁ ਲੇਡੀਜ਼ ਨੇ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ, ਇਹਨਾਂ ਨੂੰ ਥੋੜ੍ਹਾ ਜਿਹਾ ਜੋ ਸਿਸਟਮ ਚੱਲ ਰਿਹਾ ਇਹਨਾਂ ਨੂੰ ਮਿਸਗਾਈਡ ਵੀ ਕਰ ਰਹੇ ਨੇ ਕੁਛ ਬੰਦੇ। ਸਰ ਪੁਲਿਸ ਵੱਲੋਂ ਹੁਣ ਕਿੰਨਾ ਜਿਹੜਾ ਨਸ਼ਾ ਹੈਗਾ ਬਰਾਮਦ ਕੀਤਾ ਗਿਆ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਨਸ਼ਾ ਅਨਸਰ ਨੇ ਉਹਨਾਂ ਨੂੰ ਫੜਿਆ ਵੀ ਹੈਗਾ? ਦੇਖੋ ਜੀ, ਅਸੀਂ ਤਾਂ ਚੱਲ ਹੀ ਰਿਹਾ, ਅਸੀਂ ਕੰਟੀਨਿਊ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਰੇਡ ਵਗੈਰਾ ਵੀ ਕਰ ਰਹੇ ਹਾਂ। ਜਿਸ ਤਰ੍ਹਾਂ ਦਾ ਹੁੰਦਾ ਜਿਹੋ ਜਿਹੀ ਕਿਸੇ ਦੇ ਖਿਲਾਫ਼ ਕੋਈ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾ ਰਹੀ ਹੈ ਅਤੇ ਪੂਰੀ ਸਖਤੀ ਕੀਤੀ ਹੋਈ ਹੈ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ। ਕਿਉਂਕਿ ਉੱਪਰੋਂ ਸਰਕਾਰ ਦੀਆਂ ਕਲੀਅਰ ਕੱਟ ਹਦਾਇਤਾਂ ਨੇ, ਅਸੀਂ ਉਹਨਾਂ ਦੀਆਂ ਜੋ ਗਾਈਡਲਾਈਨਸ ਆ ਰਹੀਆਂ ਨੇ, ਜੋ ਮਾਨਯੋਗ SSP ਸਾਹਿਬ ਵੱਲੋਂ DC ਸਾਹਿਬ ਵੱਲੋਂ ਜੋ ਗਾਈਡਲਾਈਨਸ ਆ ਰਹੀਆਂ ਨੇ ਉਹਨਾਂ ਪੂਰਾ ਫੋਲੋ ਕਰ ਰਹੇ ਹਾਂ, ਇਹੋ ਜਿਹਾ ਕੁਛ ਵੀ ਨਹੀਂ ਹੈਗਾ। ਤਾਂ ਥੋੜ੍ਹਾ ਜਿਹਾ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ, ਕੋਈ ਇਹੋ ਜਿਹੀ ਸਿਚੁਏਸ਼ਨ ਨਹੀਂ ਹੈਗੀ, ਸਥਿਤੀ ਕੰਟਰੋਲ ਦੇ ਵਿੱਚ ਹੈ ਜੀ।